ਸਮਝ ਸ਼ੁਰੂ ਕਰ ਦੇ। ਬਹੁਤ ਹੀ ਸਤਿਕਾਰਯੋਗ ਇਸ ਸੈਸ਼ਨ ਦੇ ਪ੍ਰਧਾਨ ਜਿਸ ਤਰ੍ਹਾਂ ਪ੍ਰੋਫੈਸਰ ਮਨਜੀਤ ਸਿੰਘ ਨਿੱਜਰ ਜੀ, ਪ੍ਰੋਫੈਸਰ ਚਰਨਜੀਤ ਕੌਰ ਜੀ, ਪ੍ਰੋਫੈਸਰ ਰਜਿੰਦਰ ਸਿੰਘ ਬਰਾੜ ਜੀ ਅਤੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫੈਸਰ ਜਸਵਿੰਦਰ ਸਿੰਘ ਸੈਣੀ ਜੀ, ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਸਾਥੀਓ, ਮੇਰੇ ਲਈ ਇਹ ਬਹੁਤ ਮਾਣ ਦੀ ਗੱਲ ਹੈ ਕਿ ਮੈਂ ਇਸ ਮਹੱਤਵਪੂਰਨ ਸੈਮੀਨਾਰ ਦੇ ਵਿਦਾਇਗੀ ਭਾਸ਼ਣ ਤੁਹਾਡੇ ਨਾਲ ਸਾਂਝਾ ਕਰ ਰਿਹਾ। ਯੂ ਜੀ ਸੀ ਦਾ ਜਿਹੜਾ ਸਪੈਸ਼ਲ ਅਸਿਸਟੈਂਸ ਪ੍ਰੋਗਰਾਮ ਹੁੰਦਾ ਉਹ ਜੋ ਜੇ ਕਿਸੇ ਪੰਜਾਬੀ ਵਿਭਾਗ ਨੂੰ ਸਭ ਤੋਂ ਪਹਿਲੀ ਦਫ਼ਾ ਮਿਲਿਆ ਅਤੇ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਪੰਜਾਬੀ ਵਿਭਾਗ ਸੀ। ਡਾਕਟਰ ਰਜਿੰਦਰ ਪਾਲ ਸਿੰਘ ਬਰਾੜ ਮੈਨੂੰ ਦੱਸ ਰਹੇ ਸੀ ਕਿ 1984-85 'ਚ ਪਹਿਲੀ ਦਫ਼ਾ ਇਹਨਾਂ ਨੂੰ ਇਹ ਸਪੈਸ਼ਲ ਅਸਿਸਟੈਂਸ ਪ੍ਰੋਗਰਾਮ ਮਿਲਿਆ। ਔਰ ਇਹ ਹੋਰ ਵੀ ਮਾਣ ਦੀ ਗੱਲ ਹੈ ਕਿ 2019 ਵਿੱਚ ਇਹ ਚੱਲ ਰਿਹਾ ਕੈਸ 2 ਦੇ ਅੰਦਰ ਦੇ ਅਧੀਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ 2004 ਵਿੱਚ ਮਿਲਿਆ ਸੀ ਅਤੇ ਮੈਂ ਉਸ ਪ੍ਰੋਗਰਾਮ ਨਾਲ ਸੰਬੰਧਿਤ ਸੀ ਅਤੇ ਮੈਨੂੰ ਪਤਾ ਕਿੰਨਾ ਮੁਸ਼ਕਲ ਹੁੰਦਾ ਇਹ ਪ੍ਰੋਗਰਾਮ ਯੂ ਜੀ ਸੀ ਤੋਂ ਲੈਣਾ। ਹਰ 5 ਸਾਲ ਬਾਅਦ ਇਹਦੀ ਅਵੈਲੂਏਸ਼ਨ ਹੁੰਦੀ ਹੈ। ਡਾਕਟਰ ਗੁਰਮੀਤ, ਡਾਕਟਰ ਹਰਜੀਤ ਬੈਠੇ ਹੋਏ ਆ, ਇਹਨਾਂ ਨੂੰ ਇਹ ਮੇਰੇ ਨਾਲ ਗਵਾਹੀ ਦੇਣਗੇ ਕਿ ਅਸੀਂ ਉਸ ਪ੍ਰੋਗਰਾਮ ਨੂੰ ਚਲਾਉਣ ਲਈ ਕਿੰਨੀ ਘਾਲਣਾ ਘਾਲੀ। ਅੱਜ ਜਦੋਂ ਇਹ ਸੈਮੀਨਾਰ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੈਸ 2 ਦੇ ਅਧੀਨ ਕਰਾ ਰਿਹਾ, ਮੈਨੂੰ ਲੱਗਦਾ ਇਹ ਵਿਭਾਗ ਦੇ ਅਧਿਆਪਕਾਂ, ਖੋਜਾਰਥੀਆਂ, ਵਿਦਿਆਰਥੀਆਂ ਦੀ ਜਿਹੜੀ ਉਹ ਪਰੰਪਰਾ ਲਗਨ ਦੀ, ਮਿਹਨਤ ਦੀ ਅਤੇ ਅਕਾਦਮਿਕ ਪ੍ਰਤੀਬੱਧਤਾ ਦੀ ਉਹਦਾ ਪ੍ਰਤੀਕ ਹੈ। ਔਰ ਇਹ ਸੈਮੀਨਾਰ ਜਿਹਦਾ ਟਾਈਟਲ ਰੱਖਿਆ ਗਿਆ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੀ ਵੰਨ ਸੁਵੰਨਤਾ ਸਮਕਾਲੀ ਪਰਿਪੇਖ, ਇਹਦੇ 'ਚ ਸਮਕਾਲੀ ਸ਼ਬਦ ਬਹੁਤ ਮਹੱਤਵਪੂਰਨ ਹੈ। ਵਰਤਮਾਨ ਇਹੋ ਜਿਹਾ ਇੱਕ ਪੜਾਅ ਹੈ ਜਿਹਦੇ 'ਤੇ ਖੜ ਕੇ ਅਸੀਂ ਭੂਤ ਦਾ ਵਿਸ਼ਲੇਸ਼ਣ ਕਰ ਸਕਦੇ ਹਾਂ, ਵਰਤਮਾਨ ਦਾ ਵਰਣਨ ਕਰ ਸਕਦੇ ਹਾਂ ਅਤੇ ਭਵਿੱਖ ਦੇ ਬਾਰੇ ਕੁਝ ਸੰਭਾਵਨਾਵਾਂ ਦੀ ਅਕਾਸੀ ਕਰ ਸਕਦੇ ਹਾਂ। ਸ਼ਾਇਦ ਇਹੋ ਪ੍ਰਯੋਜਨ ਲੈ ਕੇ ਸਾਡੇ ਪੰਜਾਬੀ ਭਾਗ ਦੇ ਇਹਨਾਂ ਸਾਥੀਆਂ ਨੇ ਇਹ ਯੋਜਨਾ ਬਣਾਈ ਔਰ ਸਾਡੇ ਸਾਹਮਣੇ ਇੱਕ ਵਿਸ਼ਾ ਰੱਖਿਆ ਕਿ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੀ ਵੰਨ ਸੁਵੰਨਤਾ ਹੈ ਉਹ ਅੱਜ ਅਸੀਂ ਉਹਦੇ ਬਾਰੇ ਕੀ ਸੋਚਦੇ ਹਾਂ, ਅੱਜ ਉਹਦੀ ਕੀ ਸਥਿਤੀ ਹੈ ਅਤੇ ਸ਼ਾਇਦ ਭਵਿੱਖ ਵਿੱਚ ਇਹਦੀਆਂ ਕੀ ਸੰਭਾਵਨਾਵਾਂ ਹੋਣਗੀਆਂ। ਜਦ ਮੈਂ ਪਿੱਛੇ ਮੁੜ ਕੇ ਦੇਖਦਾ ਤਾਂ 18ਵੀਂ ਸਦੀ ਦੇ ਅੰਤ 'ਤੇ ਇਬਿਟਸਨ ਪੰਜਾਬ ਕਾਸਟ ਐਂਡ ਟ੍ਰਾਈਬਸ ਦਾ ਇੱਕ ਗਲੋਸਰੀ ਤਿਆਰ ਕਰਦਾ ਹੈ ਜਿਹੜੀ ਪੰਜਾਬੀ ਸੱਭਿਆਚਾਰ ਦੀ ਵੰਨ ਸੁਵੰਨਤਾ, ਪੰਜਾਬੀ ਸਮਾਜ ਦੀ ਵਰਗੀਕਰਨ ਨੂੰ ਸਾਡੇ ਸਾਹਮਣੇ ਪੇਸ਼ ਕਰਦੀ ਹੈ। ਅਤੇ 20ਵੀਂ ਸਦੀ ਦੇ ਵਿੱਚ ਗ੍ਰੀਅਰਸਨ ਭਾਰਤੀ ਭਾਸ਼ਾਵਾਂ, ਉਹਦੇ ਵਿੱਚ ਪੰਜਾਬੀ ਵੀ ਆ ਜਾਂਦੀ ਹੈ, ਉਹਨਾਂ ਦਾ ਲਿੰਗੁਇਸਟਿਕ ਸਰਵੇ ਆਫ ਇੰਡੀਆ ਪ੍ਰਸਤੁਤ ਕਰਦਾ, ਫਿਰ ਉੱਥੇ ਭਾਸ਼ਾਵਾਂ ਦੀ ਵੰਨ ਸੁਵੰਨਤਾ ਦੀ ਗੱਲ ਹੁੰਦੀ ਹੈ। ਮੈਂ ਉਹਦੇ ਪ੍ਰਯੋਜਨ ਦੀ ਗੱਲ ਨਹੀਂ ਕਰਦਾ, ਲੇਕਿਨ ਇਹ ਫੈਕਟ ਹੈ ਕਿ ਦੋ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ ਅਤੇ ਸਾਡਾ ਜਿਹੜਾ ਵਰਤਮਾਨ ਹੈ ਉਹਦੇ ਕੋਲ ਇੱਕ ਪਰੰਪਰਾ ਵੀ ਹੈ, ਉਹਦੇ 'ਤੇ ਉਹਦੇ ਕੋਲ ਐੱਲ ਪੀ ਜੀ ਕਲਚਰ ਦਾ ਪ੍ਰਭਾਵ ਵੀ ਹੈ, ਉਹਦੇ ਕੋਲ ਟੈਕਨੋਲੋਜੀ ਅਤੇ ਮੀਡੀਆ ਦਾ ਜੋ ਸਟਰਕਚਰ ਹੁਣ ਚੱਲ ਰਿਹਾ ਉਹ ਵੀ ਹੈ। ਔਰ ਸਾਡੇ ਸਾਰੇ ਪਰਚੇ ਇਹਨਾਂ ਸਾਰੇ ਪੱਖਾਂ ਦਾ ਵਰਣਨ ਕਰਦੇ ਹੋਏ ਨਜ਼ਰ ਆਉਂਦੇ ਹੈ ਕਿ ਸਾਡੇ ਕੋਲ ਜਿਹੜਾ ਵਰਤਮਾਨ ਹੈ ਉਹਦੇ ਵਿੱਚ ਉਪ ਭਾਸ਼ਾਵਾਂ ਦੀ, ਉਹਦੇ 'ਚ ਭਾਸ਼ਾਈ ਵੰਨਗੀਆਂ ਦੀ, ਉਹਦੇ ਵਿੱਚ ਸਾਹਿਤ ਵਿੱਚ ਜਿਵੇਂ ਉਹ ਭਾਸ਼ਾਈ ਵੰਨਗੀਆਂ ਸਾਡੇ ਕੋਲ ਸ਼ਾਮਿਲ ਕੀਤੀਆਂ ਗਈਆਂ, ਵਰਤੀਆਂ ਜਾ ਰਹੀਆਂ, ਅਤੇ ਜਿਹੜਾ ਸਾਡਾ ਸੋਸ਼ਲ ਮੀਡੀਆ ਹੈ, ਟੈਕਨੋਲੋਜੀ ਹੈ, ਉਹ ਸਾਡੀ ਭਾਸ਼ਾ ਅਤੇ ਸੱਭਿਆਚਾਰ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ। ਇਹਨਾਂ ਸਾਰੇ ਵਿਸ਼ਿਆਂ ਦੇ ਬਾਰੇ ਸਾਡੇ ਖੋਜਾਰਥੀਆਂ ਨੇ, ਸਾਡੇ ਵਿਦਵਾਨਾਂ ਨੇ ਵਿਚਾਰ ਪ੍ਰਗਟ ਕੀਤੇ। ਇਹ ਤਾਂ ਸਹੀ ਹੈ,
कि भाषा ते सभ्याचार विच वनस्वंता हुंदी है। और सिद्धांतक तौर ते भाषा विज्ञान ते एंथ्रोपोलॉजिकल एंथ्रोपोलॉजी इन्हां दोनों ने भाषा ते समाज ते सभ्याचार नूं दी वनस्वंता नूं पकड़न दी कोशिश कीती है। उन्होंने इहदा विश्लेषण किया, वर्णन किया, वर्गीकरण किया, विश्लेषण किया। और भाषा विज्ञान दे विच 18वीं 19वीं सदी दे विच हिस्टोरिकल लिंग्विस्टिक्स जिहड़ी है इतिहासक भाषा विज्ञान है उहदे विच डायलैक्टोलॉजी नूं एक टूल वजों शामिल किया गया। हुण असीं अज कहीए कि वैदिक संस्कृत जिहड़ी सीगी उस तों पहलां भाषावां दी हिंदुस्तान च की स्थिति सी साडे कोल रिकॉर्ड नहीं हैगा, लेकिन वैदिक संस्कृत तो प्राकृत प्राकृत तो अपभ्रंश अपभ्रंश तो आधुनिक भारतीय भाषावां इस लिटरेचर के आधार पर तां वर्क रीजनरेट कर सकते हैं। पर बोलियां कैसे जांदियां सी उहदे बारे भी असीं अंदाजे लगाने हैं, कुछ सिद्धांत दिंदे हैं। उन्होंने कहा कि डायलैक्ट्स की एक पोजिशन होंदी है, भाषा वर्गियां की एक पोजिशन होंदी है कि जिहड़ी भाषा उपभाषा दे विच व्यापार चल रहा है प्रबंध चल रहा उहदे च ज़्यादा परिवर्तन आउंदे है, ते जिहड़ियां भाषावां इस तों बाहर हुंदियां उपभाषावां बाहर हुंदियां उहदे च घट परिवर्तन आउंदे है। उन्होंने कहा कि जिहड़ी केंद्री उपभाषा हैगी है जे असीं उहनूं छड्ड दईए ते जिहड़ियां बाहरलियां उपभाषावां उहनां दे विच घट परिवर्तन आया है ते उहनां कोल पुराने शब्द होणगे। उन्होंने जिहड़ियां पेरीफरी ते उपभाषावां सी ਉਹ ਕੇਂਦਰ ਦੇ ਨਾਲ ਉਹਨਾਂ ਦਾ ਦੀ ਤੁਲਨਾ ਕੀਤੀ। ਉਹਨਾਂ ਨੇ ਇੱਕ ਹਿਸਟੋਰੀਕਲ ਲਿੰਗੁਇਸਟਿਕਸ ਦਾ ਮਾਡਲ ਦਿੱਤਾ। ਇਹ ਇੱਕ ਅਕੈਡੈਮਿਕ ਐਕਸਰਸਾਈਜ਼ ਸੀ। ਦੂਜੇ ਪੱਧਰ 'ਤੇ ਜਦੋਂ ਬਸਤੀਵਾਦੀ ਰੁਚੀ ਪੈਦਾ ਹੋਈ ਵਿਸ਼ਵ ਦੇ ਵਿੱਚ ਤਾਂ ਸੋਸ਼ਲ ਲਿੰਗੁਇਸਟਿਕਸ ਨਾਂ ਦਾ ਡਿਸਿਪਲਿਨ ਪੈਦਾ ਹੋਇਆ। ਉਹਦਾ ਪਿਓਰਲੀ ਪੋਲੀਟੀਕਲ ਪਰਪਸ ਸੀ ਕਿ ਜਿਨ੍ਹਾਂ ਲੋਕਾਂ 'ਤੇ ਰਾਜ ਕਰਨਾ ਉਹਨਾਂ ਨੂੰ ਵੰਡ ਕੇ ਤਾਂ ਦੇਖੋ ਕਿਹੋ ਜਿਹੇ ਹੈ, ਅਤੇ ਜੇ ਪਹਿਲਾਂ ਹੀ ਉਹ ਵੰਡੇ ਹੋਏ ਹੈ ਉਹਨਾਂ ਵੰਡੀਆਂ ਨੂੰ ਹੋਰ ਪੱਕਾ ਕਰਕੇ ਉਹਨਾਂ ਦੇ ਸਾਹਮਣੇ ਲਿਆਓ ਅਤੇ ਆਪਣੇ ਕੰਟਰੋਲ ਵਿੱਚ ਰੱਖੋ। ਪੰਜਾਬੀ ਦਾ ਪਹਿਲਾ ਅਧਿਐਨ ਪਹਿਲੀ ਵਿਆਕਰਨ ਅਤੇ ਪਹਿਲਾ ਕੋਸ਼ ਅੰਗਰੇਜ਼ਾਂ ਨੇ ਇਸੇ ਪ੍ਰਯੋਜਨ ਦੇ ਅਧੀਨ ਤਿਆਰ ਕੀਤਾ। ਜੇ ਪੋਲੀਟਿਕਸ ਔਰ ਪ੍ਰਬੰਧ ਦੋ ਹੀ ਚੀਜ਼ਾਂ ਡਿਟਰਮਿਨ ਕਰਦੀਆਂ ਕਿ ਸਾਡੇ ਜਿਹੜੇ ਅਦਾਰੇ ਹੈ ਸਾਡੇ ਜਿਹੜੇ ਸਰਕਾਰੀ ਅਦਾਰੇ ਹੈ ਅਤੇ ਜਿਹੜੀ ਸਰਕਾਰ ਹੈ ਉਹ ਫੈਸਲਾ ਕਰਦੀ ਹੈ, ਤਾਂ ਮੇਰੇ ਕੋਲ ਇੱਕ ਹੋਰ ਰੈਫਰੈਂਸ ਮੈਨੂੰ ਮਿਲਿਆ 25/7/17 ਨੂੰ ਲੋਕ ਸਭਾ ਦੇ ਵਿੱਚ HRD ਮਿਨਿਸਟਰ ਆਫ ਸਟੇਟ ਮਹਿੰਦਰ ਨਾਥ ਪਾਂਡੇ ਨੇ ਇੱਕ ਕਮਿਟਮੈਂਟ ਦਿੱਤੀ, ਇੱਕ ਪੋਲਿਸੀ ਸਟੇਟਮੈਂਟ ਦਿੱਤੀ। ਉਹ ਸਟੇਟਮੈਂਟ ਕੀ ਸੀਗੀ ਕਿ ਅਸੀਂ ਇੱਕ ਸਕੀਮ ਬਣਾਈ ਹੈ ਜਿਹਦਾ ਨਾਂ ਹੈ ਪ੍ਰੋਟੈਕਸ਼ਨ ਆਫ ਡਾਇਲੈਕਟਸ ਐਂਡ ਲੈਂਗੁਏਜਸ, ਅਤੇ ਉਸ ਸਕੀਮ ਨੂੰ ਅਸੀਂ ਟਾਈਟਲ ਦਿੱਤਾ ਹੈ ਸਕੀਮ ਫੋਰ ਪ੍ਰੋਟੈਕਸ਼ਨ ਪ੍ਰੀਜ਼ਰਵੇਸ਼ਨ ਐਂਡ ਡਾਕੂਮੈਂਟੇਸ਼ਨ ਆਫ ਇੰਡੇਂਜਰਡ ਲੈਂਗੁਏਜਸ ਆਫ ਇੰਡੀਆ। ਇਹਦੇ 'ਚ ਤਿੰਨ ਸ਼ਬਦ ਹੈ ਪ੍ਰੋਟੈਕਸ਼ਨ ਪ੍ਰੀਜ਼ਰਵੇਸ਼ਨ ਐਂਡ ਡਾਕੂਮੈਂਟੇਸ਼ਨ, ਔਰ ਇਹ ਸਕੀਮ CIIL ਮੈਸੂਰ ਚਲਾਏਗਾ। UGC ਇਹਦੇ ਲਈ ਪ੍ਰੋਗਰਾਮ ਬਣਾਏਗੀ ਕਿ ਇਹ ਸਕੀਮ ਨੂੰ ਅਸੀਂ ਕਿਵੇਂ ਲਾਗੂ ਕਰਨਾ ਹੈ, ਅਤੇ ਨਾਲ ਹੀ ਉਹਨਾਂ ਨੇ ਥੱਲੇ ਲਿਖ ਦਿੱਤਾ ਡਾਇਲੈਕਟਸ ਇਹਦੇ ਅੰਡਰ ਕਵਰ ਕੀਤੇ ਜਾਣਗੇ। ਮੈਨੂੰ ਕੋਈ ਇਤਰਾਜ਼ ਨਹੀਂ ਪ੍ਰਿਜ਼ਰਵੇਸ਼ਨ ਅਤੇ ਡਾਕੂਮੈਂਟੇਸ਼ਨ 'ਤੇ, ਪ੍ਰੋਟੈਕਸ਼ਨ 'ਤੇ ਇਤਰਾਜ਼ ਹੈ। ਪ੍ਰੋਟੈਕਸ਼ਨ ਦੇ ਨਾਲ ਇੱਕ ਗੱਲ ਹੋਰ ਉਹਨਾਂ ਨੇ ਕਹੀ ਕਿ ਯੂਨੀਵਰਸਿਟੀਆਂ ਦੇ ਵਿੱਚ ਡਿਪਾਰਟਮੈਂਟ ਆਫ ਦੇਵਨਾਗਰੀ ਲਿਪੀ ਸਥਾਪਿਤ ਕੀਤੇ ਜਾਣਗੇ। ਇਹਨਾਂ ਦਾ ਪ੍ਰਯੋਜਨ ਹੋਏਗਾ ਉਹਨਾਂ ਸਾਰੀਆਂ ਉਪਭਾਸ਼ਾਵਾਂ ਅਤੇ ਇੰਡੇਂਜਰਡ ਭਾਸ਼ਾਵਾਂ ਦੇ ਲਈ ਜਿਨ੍ਹਾਂ ਕੋਲ ਲਿਪੀਆਂ ਨਹੀਂ ਹੈਗੀਆਂ ਉਹਨਾਂ ਨੂੰ ਦੇਵਨਾਗਰੀ ਲਿਪੀ ਵਿੱਚ ਲਿਖਿਆ ਜਾਵੇ। ਇਹ ਤੁਹਾਡੀ ਸੋਚ 'ਤੇ ਮੈਂ ਛੱਡ ਦਿੰਦਾ ਇਹਦਾ ਪਰਪਜ਼ ਕੀ ਸੀ, ਪ੍ਰੋਟੈਕਸ਼ਨ ਅਤੇ ਦੇਵਨਾਗਰੀ। ਔਰ ਇਹ ਪ੍ਰੋਜੈਕਟ UGC ਵੱਲੋਂ, ਔਰ ਇਹ ਪ੍ਰੋਜੈਕਟ ਜਿਹੜਾ ਜਿਹਦੇ 'ਤੇ ਮੇਰਾ ਖਿਆਲ ਹੈ ਪੰਜਾਬੀ ਡਿਪਾਰਟਮੈਂਟ ਕੰਮ ਕਰ ਰਿਹਾ ਉਹ ਇਸੇ
ਸਕੀਮ ਦੇ ਅਧੀਨ ਅੱਗੇ ਸ਼ਾਇਦ ਕੰਸੈਪਚੁਲਾਈਜ਼ ਕੀਤਾ ਗਿਆ UGC ਵੱਲੋਂ ਅਤੇ ਉਹਦੇ ਲਈ ਫਾਈਨਾਂਸ ਦਿੱਤੇ ਗਏ। ਲੇਕਿਨ ਸਾਡੇ ਲਈ ਇੱਕ ਅਕੈਡੈਮਿਕ ਇਸ਼ੂ ਹੈਗਾ, ਲੈਂਗੁਏਜ ਪ੍ਰਜ਼ਰਵੇਸ਼ਨ ਹੁੰਦੀ ਕੀ ਹੈ ਔਰ ਕਿਹੜੀ ਲੈਂਗੁਏਜ ਪ੍ਰਜ਼ਰਵ ਕਰਨੀ ਪੈਂਦੀ ਹੈ। ਸਿਧਾਂਤਕ ਤੌਰ 'ਤੇ ਭਾਰਤ ਸਰਕਾਰ ਇਹ ਮੰਨਦੀ ਹੈ ਜਿਹੜੀ ਭਾਸ਼ਾ ਦੇ ਬੁਲਾਰੇ 10,000 ਤੋਂ ਘੱਟ ਹੈ, ਜਿਹੜੀ ਭਾਸ਼ਾ ਸਕੂਲਾਂ ਦੇ ਵਿੱਚ ਅਤੇ ਕਾਲਜਾਂ 'ਚ ਨਹੀਂ ਪੜ੍ਹਾਈ ਜਾ ਰਹੀ ਅਤੇ ਜਿਹਦੀ ਸੈਕਿੰਡ ਅਤੇ ਥਰਡ ਜਨਰੇਸ਼ਨ ਉਸ ਭਾਸ਼ਾ ਨੂੰ ਨਹੀਂ ਬੋਲ ਰਹੀ, ਉਹ ਇੰਡੇਂਜਰਡ ਹੈ ਅਤੇ ਡਾਇਲੈਕਟ ਉਹਦੇ ਵਿੱਚ ਕਵਰ ਹੁੰਦੇ। ਇਹ ਗੱਲ ਸਾਡੀ ਨਹੀਂ ਹੈਗੀ, ਕਿਉਂਕਿ ਜਦੋਂ ਲੈਂਗੁਏਜ ਮਰਦੀ ਹੈ ਤਾਂ ਨਾਲ ਕਲਚਰ ਵੀ ਮਰ ਜਾਂਦਾ, ਲੈਂਗੁਏਜ ਮਰਦੀਆਂ ਰਹੀਆਂ। ਮੈਂ ਅੱਗੇ ਅੱਗੇ ਗੱਲ ਕਰਦਾ ਲੈਂਗੁਏਜ ਮਰਦੀ ਕਦੋਂ ਹੁੰਦੀ ਹੈ। ਲੇਕਿਨ ਵਰਲਡ ਲੈਵਲ 'ਤੇ ਦੀ ਐਡਮਿਨਿਸਟ੍ਰੇਸ਼ਨ ਫੋਰ ਨੇਟਿਵ ਅਮੈਰੀਕਨਸ ਇੱਕ ਐਸੋਸੀਏਸ਼ਨ ਹੈ, ਸਰਕਾਰੀ ਹੈ, ਜਿਹਨੇ ਇੱਕ ਮੈਨੂਅਲ ਤਿਆਰ ਕੀਤਾ ਜਿਹਦਾ ਨਾਂ ਹੈ ਇਹ ਰੈਫਰੈਂਸ ਗਾਈਡ ਫੋਰ ਇਸਟੈਬਲਿਸ਼ਿੰਗ ਆਰਕਾਈਵਸ ਐਂਡ ਰਿਪੋਜ਼ਿਟਰੀਜ਼ ਆਫ ਇੰਡੇਂਜਰਡ ਲੈਂਗੁਏਜਿਸ। ਉਹਨਾਂ ਸਿਰਫ ਆਪਣੇ ਲਈ, ਉਹਨਾਂ ਨੇ ਵਰਲਡ ਲੈਵਲ 'ਤੇ ਇੰਡੇਂਜਰਡ ਲੈਂਗੁਏਜਿਸ ਦੀ ਸਿਰਫ ਦੋ ਚੀਜ਼ਾਂ ਕੀਤੀਆਂ, ਉਹ ਸੀਗੀਆਂ ਆਰਕਾਈਵਸ ਐਂਡ ਰਿਪੋਜ਼ਿਟਰੀਜ਼ ਪ੍ਰੋਟੈਕਸ਼ਨ ਲਈ ਹੈ। ਸਾਡੀ ਸਰਕਾਰ ਜਿਹੜੀ ਹੈ ਉਹ ਪ੍ਰੋਟੈਕਸ਼ਨ ਦੇ ਲਈ ਸਕੀਮ ਤਿਆਰ ਕਰ ਰਹੀ ਹੈ। ਹੁਣ ਮੈਂ ਗੱਲ ਕਰਦਾ ਪੰਜਾਬੀ ਦੀ ਵੰਨ ਸੁਵੰਨਤਾ ਦੀ ਵਰਤਮਾਨ ਸਥਿਤੀ ਕੀ ਹੈ। ਚਾਰ ਤਰ੍ਹਾਂ ਦੀ ਪੰਜਾਬੀ ਹੈ, ਚਾਰ ਤਰ੍ਹਾਂ ਵਿਕਸਿਤ ਹੋ ਰਹੀ ਹੈ, ਚਾਰ ਹੀ ਜੀਓਗ੍ਰਾਫਿਕਲ ਸਿਚੁਏਸ਼ਨ ਹੈ। ਭਾਰਤੀ ਪੰਜਾਬ ਹੈ, ਭਾਰਤ ਦੇ ਪ੍ਰਾਂਤ ਹੈ, ਪਾਕਿਸਤਾਨੀ ਪੰਜਾਬ ਹੈ ਅਤੇ ਭਾਰਤ ਅਤੇ ਪਾਕਿਸਤਾਨ ਤੋਂ ਬਾਹਰ ਹੋਰਨਾਂ ਦੇਸ਼ਾਂ ਵਿੱਚ ਵਸਿਆ ਹੋਇਆ ਪੰਜਾਬ ਹੈ। ਇਹਨਾਂ ਚਾਰਾਂ ਥਾਵਾਂ 'ਤੇ ਸੋਸ਼ੋਲੋਜੀਕਲ, ਕਲਚਰਲ, ਐਡਮਿਨਿਸਟ੍ਰੇਟਿਵ ਰਿਕੁਆਇਰਮੈਂਟ ਵੱਖਰੀਆਂ ਵੱਖਰੀਆਂ। ਭਾਰਤੀ ਪੰਜਾਬ ਇਹਨੇ ਰਜਿਸਟਰ ਡਿਵੈਲਪ ਕੀਤੇ ਹੈ, ਇਹਨਾਂ ਨੇ ਸਿੱਖਿਆ ਦੇ, ਸਾਹਿਤ ਦੇ, ਪ੍ਰਬੰਧ ਦੇ, ਸੰਚਾਰ ਦੇ ਰਜਿਸਟਰ ਤਿਆਰ ਕਰ ਲਏ ਪੰਜਾਬੀ ਦੇ। ਲੇਕਿਨ ਡੋਮੀਨੈਂਟਲੀ ਸੰਕਲਪਕ ਸ਼ਬਦਾਵਲੀ ਕਿੱਥੋਂ ਲਈ? ਸੰਸਕ੍ਰਿਤ ਤੋਂ। ਚਾਹੀਦਾ ਸੀ ਅਸੀਂ ਆਪਣੇ ਜਿਵੇਂ ਲੋਕ ਸਾਡੇ ਜਿਹੜੀਆਂ ਉਪਭਾਸ਼ਾਵਾਂ ਹੈ ਉਹਨਾਂ 'ਤੇ ਆਧਾਰਿਤ ਅਸੀਂ ਸੰਕਲਪਿਕ ਸ਼ਬਦਾਵਲੀ ਲੈਂਦੇ, ਜਿਵੇਂ ਪਾਤਰ ਸਾਹਿਬ ਕਹਿੰਦੇ ਸੀ ਬੋਲਣੀਆਂ ਸ਼ਬਦ ਵਰਤਦੇ, ਕਿਉਂਕਿ ਉਹਦੇ ਲਈ ਮਿਹਨਤ ਚਾਹੀਦੀ ਸੀ। ਉਹ ਮਿਹਨਤ ਅਸੀਂ ਨਹੀਂ ਕਰ ਸਕੇ, ਉਹਦੇ ਲਈ ਸਾਨੂੰ ਇੱਕ ਸਿਸਟਮ ਚਾਹੀਦਾ ਸੀ, ਅਸੀਂ ਉਹ ਨਹੀਂ ਕਰ ਸਕੇ। ਜਿਹੜਾ ਪਾਕਿਸਤਾਨੀ ਪੰਜਾਬ ਹੈ ਉਹਦੇ 'ਚ ਫਾਰਸੀ ਪ੍ਰਭਾਵ ਵਾਲੀ ਸੰਕਲਪਕ ਵੋਕੈਬਲਰੀ ਵਰਤੀ ਜਾ ਰਹੀ ਹੈ। ਅਜੇ ਉਹਨਾਂ ਨੇ ਰਜਿਸਟਰ ਮੇਨਟੇਨ ਬਣਾਉਣੇ ਹੈ, ਉਹ ਅਜੇ ਸਾਡੇ ਤੋਂ ਕਾਫੀ ਪਿੱਛੇ ਹੈ। ਉਹਨਾਂ ਦੀ ਕੋਸ਼ਿਸ਼ ਹੈ ਕਿ ਸਥਾਨਕ ਸ਼ਬਦਾਵਲੀ ਅਤੇ ਫਾਰਸੀ ਦੀ ਬੈਕਗਰਾਊਂਡ ਵਾਲੀ ਸ਼ਬਦਾਵਲੀ ਦੋਨੋਂ ਸ਼ਾਮਿਲ ਕੀਤੀਆਂ ਜਾਣ। ਭਾਰਤੀ ਪ੍ਰਾਂਤ ਹੈ ਜਿਹੜੇ ਉਹਨਾਂ ਦੇ 'ਚ ਪੰਜਾਬੀ ਬਰਾਦਰੀ ਜਿਹੜੀ ਹੈ ਆਪਣੇ ਆਪ ਨੂੰ ਮੇਨਟੇਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਉਹ ਡਿਵੈਲਪ ਨਹੀਂ ਕਰ ਰਹੇ, ਉਹ ਤਾਂ ਸਸਟੇਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਦੀ ਸੈਕਿੰਡ ਅਤੇ ਥਰਡ ਜਨਰੇਸ਼ਨ ਉਹਨੂੰ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਲੇਕਿਨ ਸਭ ਤੋਂ ਜ਼ਿਆਦਾ ਵਧੀਆ ਸਿਚੁਏਸ਼ਨ ਸਾਡੀ ਭਾਰਤ ਅਤੇ ਪਾਕਿਸਤਾਨ ਤੋਂ ਬਾਹਰ ਜਿਹੜੇ ਵਸੇ ਪੰਜਾਬੀ ਹੈ ਉਸ ਉਹਨਾਂ ਪੰਜਾਬੀਆਂ ਦੀ ਹੈ। ਮੈਨੂੰ ਕੈਨੇਡਾ ਵਿੱਚ ਉਹਨਾਂ ਨਾਲ ਇੰਟਰੈਕਟ ਕਰਨ ਦਾ ਮੌਕਾ ਮਿਲਿਆ ਲੈਂਗੁਏਜ ਅਤੇ ਕਲਚਰ ਦੇ ਪੁਆਇੰਟ ਆਫ ਵਿਊ ਤੋਂ। ਉਹ ਫੋਸਲਾਈਜ਼ਡ ਪੰਜਾਬੀ ਬੋਲਦੇ ਪਏ ਹੈ, ਉਹ ਫੋਸਲਾਈਜ਼ਡ ਪੰਜਾਬੀ ਨੂੰ ਪੜ੍ਹਾਉਂਦੇ ਵੀ ਪਏ ਹੈ ਆਪਣੇ ਸਕੂਲਾਂ ਦੇ ਵਿੱਚ। ਉਹ ਫੋਸਲਾਈਜ਼ਡ ਪੰਜਾਬੀ ਜਿਹੜੀ ਹੈ ਉਹਨੂੰ ਵਰਤ ਕੇ ਮਾਣ ਵੀ ਮਹਿਸੂਸ ਕਰ ਰਿਹਾ। ਇਹ ਜਿਹੜਾ ਚਾਰ ਤਰ੍ਹਾਂ ਦੇ ਪ੍ਰਕਾਰ ਦਾ ਜਿਹੜਾ ਪੰਜਾਬੀ ਦਾ ਵਿਕਾਸ ਹੋ ਰਿਹਾ ਇਹ ਚਾਰ ਸੈਗਮੈਂਟ ਵਿੱਚ ਹੋ ਰਿਹਾ, ਔਰ ਇਹ ਚਾਰ ਵੰਨਗੀਆਂ ਜਿਹਨਾਂ ਤੋਂ ਅੱਗੇ ਫਿਰ ਸਾਰੀਆਂ ਡਾਇਲੈਕਟ ਅਤੇ ਕਾਸਟ ਬੇਸਡ ਵੰਨਗੀਆਂ ਜਿਹੜੀਆਂ ਉਹ ਡਿਵੈਲਪ ਕਰਨਗੀਆਂ। ਦੋਸਤੋ, ਲੈਂਗੁਏਜ ਦੀ ਡਿਵੈਲਪਮੈਂਟ ਦੀ ਗੱਲ ਹੁੰਦੀ ਹੈ ਤਾਂ ਉਦੋਂ ਗੱਲ ਲਿਪੀ ਤੋਂ ਸ਼ੁਰੂ ਹੁੰਦੀ ਹੈ। ਪਹਿਲਾਂ ਲਿਪੀ ਬਣਾਈ ਜਾਂਦੀ ਹੈ, ਫਿਰ ਲਿਖਤ ਬਣਾਈ ਜਾਂਦੀ ਹੈ, ਫਿਰ ਉਹਨੂੰ ਵਰਤਿਆ ਜਾਂਦਾ, ਫਿਰ ਉਹਨੂੰ ਪੜ੍ਹਾਇਆ ਜਾਂਦਾ, ਫਿਰ ਉਹਨੂੰ ਪ੍ਰਬੰਧ ਵਿੱਚ ਸ਼ਾਮਿਲ ਕੀਤਾ ਜਾਂਦਾ। ਇਹ ਡਿਵੈਲਪਮੈਂਟ ਦੇ ਸਟੇਜਸ ਹੈ। ਜਦੋਂ ਅਸੀਂ ਡਾਇਲੈਕਟ ਨੂੰ ਡਿਵੈਲਪ ਕਰਨਾ ਚਾਹੁੰਦੇ ਹਾਂ, ਜਦੋਂ ਅਸੀਂ ਡਾਇਲੈਕਟ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹਾਂ ਤਾਂ ਸ਼ਾਇਦ ਇਹ ਸਾਰੀਆਂ ਸਟੇਜਸ 'ਚੋਂ ਉਹਨੂੰ ਵੀ ਲੱਗਣਾ ਪਏਗਾ। ਲੇਕਿਨ ਲੈਂਗੁਏਜ ਹੁੰਦੀ ਕੀ ਹੈ? ਲੈਂਗੁਏਜ ਤਾਂ ਇੱਕ ਐਬਸਟ੍ਰੈਕਸ਼ਨ ਹੈ, ਡਾਇਲੈਕਟ ਰਿਐਲਿਟੀ ਹੈ।
लेकिन डायलैक्ट भी एक 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 एब्स्ट्रैक्शन है, कास्ट डायलैक्ट एक रियलिटी है, प्रोफेशनल डायलैक्ट एक रियलिटी है, लिंग आधारित बखरे में जो एक एक रियलिटी है, लेकिन ये भी अपने आप एक एब्स्ट्रैक्शन है, एक व्यक्ति की भाषा है, इडियोलैक्ट वो एक रियलिटी है। साढ़े जिन्हें परचे पढ़े गए हैं उन्होंने जो डेटा आया इडियोलैक्ट तो आया, व्यक्तियों तो आया, व्यक्तियों के डेटे के आधार पर एक एब्सट्रैक्शन ऑफ उप डायलैक्ट की बननी। पंजाबी भाषा जो वजूद ग्रहण करती है तो डायलैक्ट के आधार पर करती है, उप डायलैक्ट के आधार पर करती है, तो इडियोलैक्ट के आधार पर करती है। पंजाबी उन्होंने खाती नहीं, असल यही पंजाबी बनाते हैं। तो जो पंजाबी संस्कृत पर आधारित होएगी, जो पंजाबी फारसी पर आधारित होएगी, दोस्तों मर जाएगी। संस्कृत ने यही किया जब उन्हें लोगों को छोड़ के विद्वानों को पकड़ लिया, संस्कृत और प्राकृत का भी यही हाल होया, इसे कारण करके होया। ये प्रोजेक्ट जिहड़ा विभाग ने शुरू किया ये बहुत ही महत्वपूर्ण प्रोजेक्ट है। प्रोटेक्शन तो शायद नहीं करेंगे, अगर ये उन्होंने व्याकरण से कोश तैयार करते हैं, अगर उन्होंने सभ्याचार दिया जो माइन्यूट डिटेल है डॉक्यूमेंट करते हैं प्रिजर्व करते हैं, तो अल्टीमेटली ये पंजाबी जिंदा रखने का बहुत बड़ा यत्न होएगा। जिहड़ा डॉक्टर रजिंद्रपाल सिंह बराड़ प्रोफेसर सैनी इन्होंने साथियों ने किया बहुत मुबारक का हकदार है। मैं इन्होंने एक दफा बहुत मुबारक देना, धन्यवाद करना कि मैंने इन्होंने मौका दिता गल करना।